ਸਪੋਕਸਮੈਨ ਟੀਵੀ ਦੇ ਅਗਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਸੁਰਖਾਬ ਚਾ ਲੈ ਕੇ ਹਾਜ਼ਰ ਹਾਂ ਸਪੋਕਸਮੈਨ ਸੁਰਖੀਆਂ। ਸੋ ਆਓ ਗੱਲ ਕਰਦੇ ਹਾਂ ਅੱਜ ਦੇ ਅਖਬਾਰ ਦੀਆਂ ਖਬਰਾਂ ਦੀਆਂ। ਸਭ ਤੋਂ ਪਹਿਲੀ ਜਿਹੜੀ ਖਬਰ ਹੈ ਪਹਿਲੇ ਪੇਜ ਦੀ, ਉਹ ਹੈ ਸਬਰੀਮਾਲਾ ਮੰਦਿਰ ਜਾਣੋ ਰੋਕਿਆ। ਸਬਰੀਮਾਲਾ ਮੰਦਿਰ ਨੂੰ ਲੈ ਕੇ ਬੜਾ ਤਣਾਓਪੂਰਨ ਬਣਿਆ ਹੋਇਆ ਮਾਹੌਲ ਹਜੇ ਵੀ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਸੋ ਭਗਤਾਂ ਨੇ ਹਿੰਦੂ ਔਰਤਾਂ ਨੂੰ ਸਬਰੀਮਾਲਾ ਮੰਦਿਰ ਅੰਦਰ ਜਾਣ ਤੋਂ ਰੋਕਿਆ ਹੈ। ਖਬਰ ਕੁਝ ਇਸ ਪ੍ਰਕਾਰ ਹੈ ਜੀ, ਕੇਰਲਾ ਵਿੱਚ ਮਾਸਿਕ ਪੂਜਾ ਲਈ ਭਗਵਾਨ ਅਯੱਪਾ ਦਾ ਮੰਦਿਰ ਭਲਕ ਤੋਂ ਖੁੱਲ੍ਹ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਸਬਰੀਮਾਲਾ ਮੰਦਿਰ ਦੇ ਮੁੱਖ ਪ੍ਰਵੇਸ਼ ਦੁਆਰ ਮੰਨੇ ਜਾਣ ਵਾਲੇ ਨੀਲਾਕਲ ਵਿੱਚ ਤਣਾਓ ਜ਼ੋਰਾਂ ਤੇ ਹੈ, ਕਿਉਂਕਿ ਮੰਗਲਵਾਰ ਨੂੰ ਭਗਤਾਂ ਨੇ ਪਾਬੰਦੀ ਸ਼ੁਦਾ ਉਮਰ ਵਰਗ ਦੀਆਂ ਔਰਤਾਂ ਨੂੰ ਲੈ ਕੇ ਮੰਦਿਰ ਵੱਲੋਂ ਜਾਣ ਵਾਲੇ ਵਾਹਨਾਂ ਨੂੰ ਰੋਕ ਦਿੱਤਾ। ਸੋ ਔਰਤਾਂ ਤੇ ਪਾਬੰਦੀ ਹੈ ਜੀ, ਕਿਸੇ ਖਾਸ ਉਮਰ ਦੀਆਂ ਵਰਗ ਦੀਆਂ ਔਰਤਾਂ ਨੂੰ ਅੰਦਰ ਜਾਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ, ਬਾਕੀ ਔਰਤਾਂ ਨੂੰ ਮਨਾਹੀ ਦਿੱਤੀ ਜਾਂਦੀ ਹੈ। ਸੋ ਅਗਲੀ ਖਬਰ ਹੈ ਜੀ, ਸਪੋਕਸਮੈਨ ਦਾ ਬਾਈਕਾਟ ਨੂੰ ਲੈ ਕੇ ਹੈ। ਪਟਿਆਲਾ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਪੋਕਸਮੈਨ ਨੂੰ ਬਾਈਕਾਟ ਕਰਨ ਦੀ ਗੱਲ ਕੀਤੀ ਸੀ, ਜਿਸ ਦੇ ਦੌਰਾਨ ਜਾਂ ਆਪਾਂ ਗੱਲ ਕਰਨੀ, ਜਿਸ ਤੋਂ ਬਾਅਦ ਵੱਖ ਵੱਖ ਆਗੂਆਂ ਵੱਲੋਂ ਵੱਖ ਵੱਖ ਨੇਤਾਵਾਂ ਵੱਲੋਂ ਸੁਖਬੀਰ ਬਾਦਲ ਦਾ ਹੀ ਵਿਰੋਧ ਕੀਤਾ ਜਾ ਰਿਹਾ ਹੈ। ਸੋ ਅਕਾਲੀ ਦਲ ਦੀ ਪਾਰਟੀ ਦੇ ਖੁਦ ਆਪਣੇ ਮੈਂਬਰਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦਾ ਨਿੱਜੀ ਵਿਚਾਰ ਸੀ, ਪਾਰਟੀ ਦਾ ਵਿਚਾਰ ਨਹੀਂ ਹੈ। ਇਹ ਬਿਆਨ ਬ੍ਰਹਮਪੁਰਾ ਡਾਕਟਰ ਅਜਨਾਲਾ ਤੇ ਸੇਖਵਾਂ ਨੇ ਦਿੱਤਾ ਸੀ, ਜੋ ਕਿ ਇਸ ਸਮੇਂ ਜੇ ਆਪਾਂ ਗੱਲ ਕਰਾਂਗੇ ਜੀ ਉਸ ਬਾਈਕਾਟ ਤੋਂ ਬਾਅਦ ਜਾਂ ਬੇਅਦਬੀ ਘਟਨਾਵਾਂ ਤੋਂ ਬਾਅਦ ਅਕਾਲੀ ਦਲ ਅੰਦਰ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ, ਜਿਨ੍ਹਾਂ ਨੂੰ ਮਨਾਉਣ ਲਈ ਸੁਖਬੀਰ ਬਾਦਲ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੇ ਨੇ ਤੇ ਉਹਨਾਂ ਦਾ ਹੀ ਜਿਹੜੇ ਨਵੇਂ ਬਾਗੀ ਸੁਰ ਉੱਠ ਰਹੇ ਨੇ ਜਾਂ ਬਾਗੀਆਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦਾ ਖੁਦ ਦਾ ਬਿਆਨ ਹੈ, ਨਿੱਜੀ ਬਿਆਨ ਹੈ, ਪਾਰਟੀ ਦਾ ਨਹੀਂ। ਜੇ ਇੱਥੋਂ ਹਿਸਾਬ ਵੀ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਸੁਖਬੀਰ ਬਾਦਲ ਨਾਲ ਸਹਿਮਤ ਨਹੀਂ ਹੈ। ਸੋ ਖਬਰ ਕੁਝ ਇਸ ਪ੍ਰਕਾਰ ਹੈ ਜੀ, ਪ੍ਰੈਸ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਸਦਾ ਬਾਈਕਾਟ ਕਰਨ ਦਾ ਸੱਦਾ ਦੇਣਾ ਗੈਰ ਲੋਕਤੰਤਰੀ ਹੈ। ਅਕਾਲੀ ਦਲ ਹਮੇਸ਼ਾ ਤੋਂ ਪ੍ਰੈਸ ਦੀ ਆਜ਼ਾਦੀ ਦੀ ਹਾਮੀ ਭਰ ਰਿਹਾ ਹੈ। ਪਟਿਆਲਾ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਜੋ ਸਪੋਕਸਮੈਨ ਦੇ ਚੈਨਲ ਦਾ ਬਾਈਕਾਟ ਸੱਦਾ ਦਿੱਤਾ ਹੈ, ਉਹ ਉਹਨਾਂ ਦੇ ਨਿੱਜੀ ਵਿਚਾਰ ਹਨ। ਸੋ ਸੇਖਵਾਂ ਡਾਕਟਰ ਅਜਨਾਲਾ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਜੇ ਇਹ ਸੁਖਬੀਰ ਸਿੰਘ ਬਾਦਲ ਦਾ ਇੱਕ ਨਿੱਜੀ ਵਿਚਾਰ ਹੈ, ਪਾਰਟੀ ਦਾ ਨਹੀਂ। ਉਸ ਤੋਂ ਬਾਅਦ ਦੂਜੀ ਵੱਡੀ ਖਬਰ ਹੈ ਜੀ, ਰਾਮਪਾਲ ਨੂੰ ਉਮਰ ਕੈਦ ਦੀ ਸਜ਼ਾ ਤੇ 1,00,000 ਰੁਪਏ ਜੁਰਮਾਨਾ। ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਨੂੰ 4 ਔਰਤਾਂ ਦੇ ਇੱਕ ਬੱਚੇ ਦੇ ਕਤਲ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ 1,00,000 ਜੁਰਮਾਨਾ ਵੀ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਜੀ ਕੇਜਰੀਵਾਲ ਸਰਕਾਰ ਲਈ ਬਹੁਤ ਵੱਡੀ ਮੁਸ਼ਕਲ ਖੜੀ ਹੋ ਚੁੱਕੀ ਹੈ। NGT ਨੇ 50 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕਾਰਨ ਹੈ ਜੀ ਦਿੱਲੀ ਵਿੱਚ ਵਾਧਾ ਪ੍ਰਦੂਸ਼ਣ। ਦਿੱਲੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਦਿਨੋ ਦਿਨ ਵੱਧਦੀ ਜਾ ਰਹੀ ਹੈ, ਜਿਸ ਦੇ ਚੱਲਦੇ NGT ਨੇ ਕੇਜਰੀਵਾਲ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ ਲਾਇਆ। ਖਬਰ ਕੁਝ ਇਸ ਪ੍ਰਕਾਰ ਹੈ, ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ ਦੀ ਸਮੱਸਿਆ ਦਿਨੋ ਦਿਨ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਦਿੱਲੀ ਸਰਕਾਰ ਤੇ 50 ਕਰੋੜ ਰੁਪਏ ਦਾ ਜੁਰਮਾਨਾ ਠੋਕ ਦਿੱਤਾ ਹੈ। ਦਿੱਲੀ ਸਰਕਾਰ ਤੇ ਜੁਰਮਾਨਾ ਪ੍ਰਦੂਸ਼ਣ ਫੈਲਾਉਣ ਵਾਲੀਆਂ ਕੰਪਨੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਕਰਕੇ ਲਗਾਇਆ ਗਿਆ ਹੈ। NGT ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਵੱਲੋਂ ਪ੍ਰਦੂਸ਼ਣ ਫੈਲਾਉਣ ਵਾਲੀਆਂ ਕੰਪਨੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਦੇ ਮੱਦੇਨਜ਼ਰ ਉਹਨਾਂ ਨੂੰ ਇਹ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਅੱਗੇ ਰੁੱਖ ਕਰਦੇ ਹਾਂ ਜੀ ਪੇਜ ਨੰਬਰ 3 ਤੇ, ਜਿੱਥੇ ਪੰਜਾਬ ਦੀਆਂ ਸਾਨੂੰ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਜਾਂ ਵੇਖਣ ਨੂੰ ਮਿਲਦੀਆਂ ਹਨ। ਸੋ ਪੰਜਾਬ ਦੀ ਜਿਹੜੀ ਪਹਿਲੀ ਖਬਰ ਹੈ, ਉਹ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਬਾਦਲਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ, ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹਮਲੇ ਦੀ ਸਾਜਿਸ਼ ਘੜੀ ਗਈ ਸੀ। UP ਦੇ ਵਿੱਚ ਇਹ ਸਾਜਿਸ਼ ਰਚੀ ਜਾ ਰਹੀ ਸੀ, ਜਿਸ ਦੇ ਚੱਲਦੇ 3 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਸੋ ਉਸ ਖਬਰ ਨੂੰ ਮੱਦੇਨਜ਼ਰ ਰੱਖਦੇ, ਉਸ ਘਟਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਬਾਦਲਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ। ਖਬਰ ਕੁਝ ਇਸ ਪ੍ਰਕਾਰ ਹੈ, ਬਾਦਲਾਂ ਦੀ ਜਾਨ ਨੂੰ ਕਥਿਤ ਤੌਰ ਤੇ ਵਧੇ ਖਤਰੇ ਕਾਰਨ ਉਹਨਾਂ ਨੂੰ ਪੂਰਨ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਹ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਸੈਕਟਰ 68 ਵਿਖੇ 1.25 ਏਕੜ ਵਿੱਚ 31.29 ਕਰੋੜ ਦੀ ਲਾਗਤ ਨਾਲ ਬਣਾਏ ਵਿੱਚ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ਸੀ।
ਸੋ ਬਾਦਲਾਂ ਦੀ ਸੁਰੱਖਿਆ ਨੂੰ ਵਧਾਉਣ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਚਿੰਤਤ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰਨ ਤੌਰ ਤੇ ਸੁਰੱਖਿਆ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਲਈ ਸਭ ਤੋਂ ਵੱਡਾ ਖੋਰਾ ਬੰਦਾ ਜਾ ਰਿਹਾ ਨਸ਼ਾ, ਜਿਸ ਨੂੰ ਵੇਖ ਕੇ ਲਗਾਤਾਰ ਵਿਵਾਦਾਂ ਤੋਂ ਵੀ ਚੱਲਦਾ ਆ ਰਿਹਾ ਪੰਜਾਬ। ਲਗਾਤਾਰ ਕਈ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਨਸ਼ੇ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ। ਸੋ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਪੰਜਾਬ ਵਿੱਚ ਨਸ਼ੇ ਨਾਲ ਹਰ ਰੋਜ਼ ਇੱਕ ਮੌਤ ਹੋ ਰਹੀ ਆ ਅਤੇ ਲੱਖਾਂ ਮਹਿਲਾਵਾਂ ਵੀ ਨਸ਼ੇ ਦੀ ਬੁਰੀ ਆਦਤ ਤੇ ਲੱਗ ਚੁੱਕੀਆਂ ਨੇ। ਖਬਰ ਕੁਝ ਇਸ ਪ੍ਰਕਾਰ ਹੈ ਜੀ, ਪੰਜਾਬ ਵਿੱਚ ਨਸ਼ੇ ਨਾਲ ਹਰ ਰੋਜ਼ ਇੱਕ ਮੌਤ ਹੋ ਰਹੀ ਹੈ। ਸੂਬੇ ਵਿੱਚ 31 ਲੱਖ ਪੁਰਸ਼ ਅਤੇ 1 ਲੱਖ ਮਹਿਲਾਵਾਂ ਨੂੰ ਨਸ਼ੇ ਦੀ ਬੁਰੀ ਆਦਤ ਲੱਗ ਚੁੱਕੀ ਹੈ। ਸੋ ਨਸ਼ੇ ਦੀ ਭੈੜੀ ਆਦਤ ਨੂੰ ਲੈ ਕੇ ਪੰਜਾਬ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ, ਬਹੁਤ ਲੰਬੇ ਸਮੇਂ ਤੋਂ ਇਸਦਾ ਨਸ਼ੇ ਦਾ ਕਹਿਰ ਚੱਲਦਾ ਆ ਰਿਹਾ, ਜਿਹਦੇ ਕਰਕੇ ਬਹੁਤ ਸਾਰੇ ਮਾਵਾਂ ਦੇ ਪੁੱਤ ਮਰ ਗਏ ਨੇ, ਜਾਂ ਗੱਲ ਕਰ ਲਈਏ ਬਹੁਤ ਸਾਰੇ ਸਾਡੀਆਂ ਜਵਾਨੀ ਵੀ ਰੁਲ ਚੁੱਕੀ ਹੈ। ਸੋ ਕੈਪਟਨ ਸਰਕਾਰ ਲਗਾਤਾਰ ਇਸਨੂੰ ਨੱਥ ਪਾਉਣ ਤੇ ਲੱਗੀ ਹੋਈ ਹੈ, ਪਰ ਫਿਰ ਵੀ ਜੇ ਅੱਜ ਦੀ ਗੱਲ ਕਰੀਏ, ਇਸ ਖਬਰ ਦੀ ਗੱਲ ਕਰ ਲਈਏ ਤਾਂ ਇੱਕ ਮੌਤ ਰੋਜ਼ ਹੋ ਰਹੀ ਹੈ। ਇਸਦੇ ਨਾਲ ਹੀ ਜੀ ਕਾਂਗਰਸ ਸਰਕਾਰ ਫਿਰ ਹਿੰਦੂਆਂ ਸਿੱਖਾਂ ਵਿੱਚ ਵੱਡੀਆਂ ਪਾਏਗੀ। ਸੁਖਬੀਰ ਬਾਦਲ ਦਾ ਵੱਡਾ ਬਿਆਨ ਹੈ, ਕਾਂਗਰਸ ਸਰਕਾਰ ਤੇ ਹਮਲਾ ਕੀਤਾ ਹੈ। ਉਹ ਕਹਿ ਰਹੇ ਆ ਕਿ ਫਿਰਕੂਪਣਾ ਫੈਲਾਉਂਦੀ ਹੈ ਕਾਂਗਰਸ ਸਰਕਾਰ ਤੇ ਹਿੰਦੂਆਂ ਤੇ ਸਿੱਖਾਂ ਵਿੱਚ ਮੰਡੀ ਪਾਏਗੀ। ਖਬਰ ਕੁਝ ਇਸ ਪ੍ਰਕਾਰ ਹੈ, ਧਾਰਮਿਕ ਬੇਅਦਬੀ ਮਾਮਲਿਆਂ ਵਿੱਚ ਬੁਰੀ ਤਰ੍ਹਾਂ ਨੁਕਰੇ ਲੱਗੇ ਅਕਾਲੀ ਦਲ ਨੇ ਆਪਣੀ ਭਾਈਵਾਲ ਪਾਰਟੀ ਬੀਜੇਪੀ ਨਾਲ ਲੈ ਕੇ ਪੰਜਾਬ ਦੇ ਰਾਮਪਾਲ ਕੋਲ ਪੁਕਾਰ ਕੀਤੀ ਕਿ ਮੌਜੂਦਾ ਕਾਂਗਰਸ ਸਰਕਾਰ ਬਰਗਾੜੀ ਵਿੱਚ 138 ਦਿਨਾਂ ਤੋਂ ਬੈਠੇ ਗਰਮਦਾਲੀਆਂ ਨੂੰ ਨਾ ਸਿਰਫ ਸ਼ਹਿ ਦੇ ਰਹੀ ਹੈ, ਸਗੋਂ ਇਸ ਦੇ ਮੰਤਰੀ, ਵਿਧਾਇਕ ਤੇ ਹੋਰ ਨੇਤਾ ਵੀ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਰਚ ਰਹੇ ਨੇ। ਸੋ ਸੁਖਬੀਰ ਬਾਦਲ ਕਿਤੇ ਨਾ ਕਿਤੇ ਆਪਣੀ ਸਾਖ ਬਚਾਉਣ ਦੀ ਗੱਲ ਕਰ ਰਹੇ ਨੇ, ਜੇ ਗੱਲ ਕਰ ਲਈਏ, ਕਿਉਂਕਿ ਬਰਗਾੜੀ ਮੋਰਚੇ ਤੋਂ ਬਾਅਦ ਪੰਥਕ ਆਗੂ ਜਾਂ ਸਿੱਖ ਜਥੇਬੰਦੀਆਂ ਉਹਨਾਂ ਦਾ ਵਿਰੋਧ ਕਰ ਰਹੀਆਂ ਨੇ, ਪਰ ਉਹਨਾਂ ਨੇ ਹੁਣ ਇਹ ਸਾਰਾ ਕੁਝ ਕਾਂਗਰਸ 'ਤੇ ਸੁੱਟਣ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਗਰਮ ਦਲੀਆਂ ਨੂੰ ਜਾਂ ਗਰਮ ਖਿਆਲੀਆਂ ਨੂੰ ਵਧਾਵਾ ਦੇ ਰਹੀ ਹੈ ਤੇ ਸੂਬੇ ਦਾ ਮਾਹੌਲ ਖਰਾਬ ਕਰ ਰਹੀ ਹੈ। ਇਸ ਦੇ ਨਾਲ ਹੀ ਅਗਲੀ ਖਬਰ ਦੀ ਗੱਲ ਕਰ ਲਈਏ ਜੀ, ਬਾਗੀ ਧੜੇ ਦੇ ਪ੍ਰਧਾਨ ਕਹਿ ਲਓ ਜੀ, ਜਾਂ ਬਾਗੀ ਧੜੇ ਦੇ ਨੇਤਾ ਕਹਿ ਲਈਏ, ਸੁਖਪਾਲ ਖਹਿਰਾ ਨੇ ਅਧਿਆਪਕਾਂ ਦੀ ਜਿਹੜੀ ਤਨਖਾਹ ਘਟਾਉਣ ਨੂੰ ਲੈ ਕੇ ਕੈਪਟਨ ਸਰਕਾਰ ਤੇ ਹਮਲਾ ਕੀਤਾ ਆ। ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਦਾ ਖੁਦ ਦਾ ਖਰਚਾ ਕਰੋੜਾਂ ਦਾ ਆ ਤੇ ਅਧਿਆਪਕ 15,000 ਦੇ ਵਿੱਚ ਕਿਵੇਂ ਗੁਜ਼ਾਰਾ ਕਰਨਗੇ। ਸੋ ਖਬਰ ਕੁਝ ਇਸ ਪ੍ਰਕਾਰ ਹੈ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਵਿਧਾਇਕ ਸਾਬਕਾ ਵਿਰੋਧੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਦੇ ਕਰੀਬ 20 ਸਲਾਹਕਾਰ ਹਨ ਜਿਨ੍ਹਾਂ ਨੂੰ ਮਾਸਕ 3 ਲੱਖ ਕੋਠੀਆਂ ਕਾਰਾਂ ਅਤੇ ਹੋਰ ਸਹੂਲਤਾਂ ਕਰੋੜਾਂ 'ਚ ਦਿੱਤੀਆਂ ਜਾ ਰਹੀਆਂ, ਜਨਤਾ ਦਾ ਪੈਸਾ ਲੁਟਾਇਆ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਭ ਦੇ ਬਾਵਜੂਦ ਜੇਕਰ ਕੈਪਟਨ ਸਰਕਾਰ ਜਾਂ ਕੈਪਟਨ ਅਮਰਿੰਦਰ ਸਿੰਘ ਆਪਦਾ ਖਰਚਾ ਨਹੀਂ ਘਟਾ ਸਕਦੇ ਤਾਂ ਫਿਰ ਅਧਿਆਪਕ 15,000 ਦੇ ਵਿੱਚ ਗੁਜ਼ਾਰਾ ਕਿਵੇਂ ਕਰਨਗੇ। ਸੋ ਇਸ ਤੋਂ ਅੱਗੇ ਜੀ ਸਪੋਕਸਮੈਨ ਦੇ ਹੱਕ ਦੇ ਵਿੱਚ ਵੱਖ ਵੱਖ ਆਗੂਆਂ ਦੇ ਬਿਆਨ ਆਏ ਨੇ। ਉਹਨਾਂ ਦਾ ਕਹਿਣਾ ਹੈ ਕਿ ਸੱਚਦਾਪਾਂ ਦੀ ਸਪੋਕਸਮੈਨ ਕਦੇ ਕਿਸੇ ਧਮਕੀ ਤੋਂ ਨਹੀਂ ਡਰਿਆ। ਸਪੋਕਸਮੈਨ ਦਾ ਸੁਖਬੀਰ ਬਾਦਲ ਵੱਲੋਂ ਬਾਈਕਾਟ ਕਰਨ ਤੋਂ ਬਾਅਦ ਉਹਨਾਂ ਦੇ ਖੁਦ ਦੇ ਅਕਾਲੀ ਆਗੂਆਂ ਦਾ, ਸਿੱਖ ਜਥੇਬੰਦੀਆਂ ਦਾ ਵਾ, ਜਾਂ ਫਿਰ ਗੱਲ ਕਰ ਲਈਏ ਪੰਜਾਬ ਵਿੱਚ ਵੱਖ ਵੱਖ ਸਿਆਸੀ ਨੇਤਾਵਾਂ ਦਾ, ਵੱਖ ਵੱਖ ਆਗੂਆਂ ਦਾ ਬਿਆਨ ਹੈ ਕਿ ਸਪੋਕਸਮੈਨ ਇੱਕ ਸੱਚ ਬੋਲਣ ਅਖਬਾਰ ਹੈ ਤੇ ਸੁਖਬੀਰ ਸਿੰਘ ਬਾਦਲ ਇਸ ਸੱਚ ਦੀ ਆਵਾਜ਼ ਤੋਂ ਡਰਦੇ ਨੇ, ਉਹ ਸੱਚ ਨੂੰ ਦਬਾਉਣਾ ਚਾਹੁੰਦੇ ਨੇ। ਸੋ ਵੱਖ ਵੱਖ ਬਿਆਨ ਸਪੋਕਸਮੈਨ ਨੂੰ ਲੈ ਕੇ ਅਖਬਾਰ ਵਿੱਚ ਛਪਦੇ ਨੇ ਤੇ ਉਹਨਾਂ ਦੇ ਹੱਥ ਵਿੱਚ ਡਟੇ ਹੋਏ ਨੇ। ਅੱਗੇ ਰੋਕ ਕਰਦੇ ਹਾਂ ਜੀ ਪੇਜ ਨੰਬਰ 7 ਵਾ, ਜਿੱਥੇ ਪੰਥਕ ਖਬਰਾਂ ਸਾਨੂੰ ਕੁੱਟਮਾਰ ਦਾ ਸ਼ਿਕਾਰ ਹੋਏ ਸਨ ਉਹਨਾਂ ਦੇ ਬਿਆਨ ਵੀ ਦਰਜ ਕਰਵਾਏ ਗਏ ਨੇ। ਖਬਰ ਕੁਝ ਇਸ ਪ੍ਰਕਾਰ ਹੈ, ਭਾਵੇਂ ਵਿਸ਼ੇਸ਼ ਜਾਂਚ ਟੀਮਾਂ ਤੇ ਕਮਿਸ਼ਨਾਂ ਦਾ ਗਠਨ ਵਾਲੀਆਂ ਸਮੇਂ ਦੀਆਂ ਸਰਕਾਰਾਂ ਤੋਂ ਪੀੜਿਤ ਪਰਿਵਾਰਾਂ ਦਾ ਨਿਰਾਸ਼ ਹੋਣਾ ਸੁਭਾਵਿਕ ਹੈ, ਪਰ ਅੱਜ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰਨ ਲਈ ਸਿੱਟ ਦੀ
ਐਸਐਸਪੀ ਸਤਿੰਦਰ ਸਿੰਘ ਦੀ ਬਰਗਾੜੀ ਪੁਲਿਸ ਚੌਕੀ ਵਿਖੇ ਆਮਦ ਮੌਕੇ 33 ਪੀੜਤਾਂ ਨੇ ਆਪਣੇ ਬਿਆਨ ਦਰਜ ਕਰਵਾਏ। ਸੋ ਐਸਆਈਟੀ ਜਿਹੜੀ ਨਵੀਂ ਬਣਾਈ ਗਈ, ਸਿੱਟ ਬਣਾਈ ਗਈ ਹੈ ਜੀ, ਉਹਨੇ ਆਪਣੀ ਜਿਹੜੀ ਕਿਰਿਆ ਹੈ ਉਹ ਤੇਜ਼ ਕਰ ਦਿੱਤੀ ਹੈ, ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਤੇ ਉਹਨੇ ਪੀੜਤਾਂ ਦੇ ਬਿਆਨ ਵੀ ਦਰਜ ਕੀਤੇ ਨੇ। ਸੋ ਅਗਲੀ ਖਬਰ ਦੀ ਗੱਲ ਕਰ ਲਈਏ ਜੀ, ਅਕਾਲੀਆਂ ਨੇ ਸੱਤੇ ਦੇ ਨਸ਼ੇ ਵਿੱਚ ਸਪੋਕਸਮੈਨ ਨਾਲ ਰੱਜ ਕੇ ਜ਼ੁਲਮ ਕਮਾਇਆ। ਭਾਈ ਤਰਸੇਮ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਤੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਅਹੁਦੇਦਾਰ ਭਾਈ ਤਰਸੇਮ ਸਿੰਘ ਨੇ ਅਕਾਲੀਆਂ ਵੱਲੋਂ ਰੋਜ਼ਾਨਾ ਸਪੋਕਸਮੈਨ ਵਿਰੁੱਧ ਖੜੇ ਕੀਤੇ ਗਏ ਰੌਲੇ ਨੂੰ ਜਾਂ ਵਿਵਾਦ ਨੂੰ ਉਹਦੀ ਸਖ਼ਤ ਨਿੰਦਿਆ ਕੀਤੀ। ਭਾਈ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਦਲ ਗੱਲ ਕਰਦੀ ਸੁਖਬੀਰ ਸਿੰਘ ਬਾਦਲ ਸਪੋਕਸਮੈਨ ਤੋਂ ਡਰਦਾ ਆ, ਸਖ਼ਤ ਦੀ ਆਵਾਜ਼ ਤੋਂ ਡਰਦਾ ਆ। ਸੋ ਇਹ ਅਜਿਹੇ ਉਲਝਣ ਬਿਆਨ ਦੇ ਰਹੇ ਨੇ। ਸੋ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਸਪੋਕਸਮੈਨ ਦੇ ਪੇਜ ਨੰਬਰ 7 ਤੇ ਪੰਥਕ ਖਬਰਾਂ ਵਿੱਚ, ਜਿੱਥੇ ਗੁਰੂ ਸਿੱਖਾਂ ਦੇ ਕੇਸਾਂ ਤੇ ਹੋ ਰਹੇ ਹਮਲੇ ਦਾ ਚਿੰਤਾ ਦਾ ਵਿਸ਼ਾ। ਰਾਜੂ ਖੰਨਾ ਨੇ ਬਿਆਨ ਦਿੱਤਾ ਹੈ ਜੀ, ਗੁਰੂ ਦੇ ਸਿੱਖਾਂ ਦੇ ਗੱਲ ਕਰ ਲਈਏ ਤੇ ਸਿੱਖਾਂ ਦੇ ਜੋ ਹਮਲੇ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ। ਖਬਰ ਕੁਝ ਇਸ ਪ੍ਰਕਾਰ ਹੈ, ਹਲਕਾ ਮਲੋਹ ਅੰਦਰ ਦਿਨੋ ਦਿਨ ਗੁਰਸਿੱਖ ਵਿਅਕਤੀਆਂ ਤੇ ਹੋ ਰਹੇ ਹਮਲੇ ਜਿੱਥੇ ਗਹਿਰੀ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ, ਉੱਥੇ ਗੁਰੂ ਸਿੱਖਾਂ ਦੀਆਂ ਦਾੜੀਆਂ ਤੇ ਸਿਰ ਦੇ ਵਾਲ ਪੁੱਟ ਕੇ ਬੇਅਦਬੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਗੰਭੀਰ ਨਹੀਂ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਿਵਲ ਹਸਪਤਾਲ ਅਮਲੋਹ ਵਿੱਚ ਰਣਧੀਰ ਸਿੰਘ ਕਾਲਾ ਸੋਟੀ ਜੋਗੇ ਗੁਰਸਿੱਖ ਵਿਅਕਤੀ ਨੂੰ ਜਿਸ ਦੀ ਦਾੜੀ ਪੁੱਟੀ ਗਈ ਜਾਂ ਜਿਸ ਦੇ ਨਾਲ ਤਸ਼ੱਦਦ ਕੀਤੇ ਗਏ। ਸੋ ਇੱਕ ਵਿਅਕਤੀ ਨਾਲ ਤਸ਼ੱਦਦ ਕੀਤਾ ਗਿਆ, ਉਸਦੇ ਸਿੱਖਾਂ ਦੇ ਉਸਦੇ ਕੇਸਾਂ ਦੀ ਬੇਅਦਬੀ ਕੀਤੀ ਗਈ, ਉਸਦੇ ਦਾੜੀ ਦੀ ਬੇਅਦਬੀ ਕੀਤੀ ਗਈ ਹੈ। ਸੋ ਉਹਨੂੰ ਲੈ ਕੇ ਰਾਜੂ ਖੰਨੇ ਦਾ ਬਿਆਨ ਹੈ ਜੀ, ਉਹਨਾਂ ਕਹਿਣਾ ਹੈ ਕਿ ਸਰਕਾਰ ਇਸ ਪ੍ਰਤੀ ਕੋਈ ਚਿੰਤਾ ਨਹੀਂ ਦਿਖਾ ਰਹੀ ਅਤੇ ਲਗਾਤਾਰ ਬੇਅਦਬੀਆਂ ਦੇ ਕਿੱਸੇ ਜਾਂ ਫਿਰ ਗੁਰੂ ਸਿੱਖਾਂ ਦੀ ਬੇਅਦਬੀਆਂ ਦੇ ਕਿੱਸੇ ਜਾਂ ਦਾੜੀ ਦੇ ਕੇਸਾਂ ਦੀ ਬੇਅਦਬੀ ਦੇ ਕਿੱਸੇ ਵੱਧਦੇ ਜਾ ਰਹੇ ਨੇ। ਸੋ ਅਗਲਾ ਸੰਪਾਦਕੀ ਦੇ, ਸੋ ਸਭ ਤੋਂ ਪਹਿਲਾਂ ਜਿਹੜਾ ਸੰਪਾਦਕੀ ਦਾ ਮੁੱਖ ਜਿਹੜਾ ਅੰਸ਼ ਹੈ ਉਹ ਹੈਗੇ, ਗਰੀਬ ਸਿਪਾਹੀ ਨੂੰ ਵੀ ਗੁੱਸਾ ਆ ਸਕਦਾ ਹੈ ਤੇ ਸੇਵਾ ਕਰਨ ਦੀ ਬਜਾਏ ਉਹ ਖੂਨੀ ਵੀ ਬਣ ਸਕਦਾ ਹੈ। ਬਿਲਕੁਲ ਜੀ, ਬੀਤੇ ਦਿਨੀ ਘਟਨਾ ਵਾਪਰੀ ਜਿਸ ਵਿੱਚ ਇੱਕ ਸਿਪਾਹੀ ਨੇ ਇੱਕ ਜੱਜ ਅਤੇ ਉਸਦੇ ਪਰਿਵਾਰ ਤੇ ਹਮਲਾ ਕੀਤਾ ਸੀ, ਜਿਸ ਵਿੱਚ ਉਸਦਾ ਪਰਿਵਾਰ ਮਾਰਿਆ ਗਿਆ ਸੀ। ਖਬਰ ਕੁਝ ਇਸ ਪ੍ਰਕਾਰ ਸੀ ਕਿ ਗਰੀਬ ਸਿਪਾਹੀ ਦਾ ਕਹਿਣਾ ਸੀ ਕਿ ਉਸਦੀ ਧੀ ਬਿਮਾਰ ਸੀ, ਜੱਜ ਨੇ ਉਸਦੀ ਧੀ ਬਿਮਾਰ ਹੋਣ ਦੇ ਬਾਵਜੂਦ ਛੁੱਟੀ ਨਹੀਂ ਦਿੱਤੀ, ਜਿਸ ਕਰਕੇ ਉਸਨੇ ਉਸਦੇ ਪਰਿਵਾਰਕ ਮੈਂਬਰਾਂ ਤੇ ਹਮਲਾ ਕਰ ਦਿੱਤਾ। ਸੋ ਇਸ ਸੰਪਾਦਕੀ ਦਾ ਰੇਖ ਹੈ ਜੀ, ਮੁੱਖ ਜਿਹੜਾ ਅੰਸ਼ ਗੱਲ ਕਰਨ ਲਈ ਉਹ ਹੈ, ਭਾਰਤ ਵਿੱਚ ਅਪਰਾਧ ਵੱਧ ਰਹੇ ਹਨ, ਔਰਤਾਂ ਸੜਕਾਂ ਤੇ ਸੁਰੱਖਿਅਤ ਨਹੀਂ, ਪਰ ਸਾਡੇ ਇਹਨਾਂ ਖਾਸ ਲੋਕਾਂ ਕੋਲ 3-3 ਸਿਪਾਹੀ ਹੁੰਦੇ ਹਨ ਅਤੇ 663 ਆਮ ਭਾਰਤੀਆਂ ਕੋਲ ਸੁਰੱਖਿਆ ਵਾਸਤੇ 1 ਸਿਪਾਹੀ ਹੈ। ਸੋ ਬਿਲਕੁਲ ਸਹੀ ਗੱਲ ਹੈ ਜੀ, ਜੇ ਅਸੀਂ ਕਿਸੇ VIP ਦੀ ਗੱਲ ਕਰ ਲਈਏ ਤਾਂ ਉਹਨਾਂ ਕੋਲ ਬਹੁਤ ਵੱਡੀ ਫੌਜ ਹੁੰਦੀ ਹੈ ਸੁਰੱਖਿਆ ਦੀ, ਲੈ ਕੇ ਬਹੁਤ ਵੱਡਾ ਤਾਣਾ ਬਾਣਾ ਉਹਨਾਂ ਨੇ ਆਪਦੇ ਆਲੇ ਦੁਆਲੇ ਪੂਰਾ ਬਣਿਆ ਹੁੰਦਾ ਹੈ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ। ਪਰ ਦੇਸ਼ ਦੇ ਵਿੱਚ ਤਕਰੀਬਨ 600 ਬੰਦਿਆਂ ਵਿੱਚ 1 ਸਿਪਾਹੀ ਹੈ, ਜੋ ਕਿ ਬਹੁਤ ਘੱਟ ਹੈ, ਕਿਉਂਕਿ ਐਡੀ ਵੱਡੀ 600 ਬੰਦਿਆਂ ਦੀ ਜੇ ਆਪਾਂ ਗੱਲ ਕਰ ਲਈਏ ਕਿਤੇ 1 ਸਿਪਾਹੀ ਰਾਖੀ ਨਹੀਂ ਕਰ ਸਕਦਾ। ਸੋ ਅੱਗੇ ਹੈ ਜੀ, ਪੁਲਿਸ ਕੋਲ ਅਸਲੇ ਦੀ ਕਮੀ ਹੈ, ਉਹਨਾਂ ਕੋਲ ਆਮ ਭਾਰਤ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਜਾਂ ਤਾਂ ਬੰਦੂਕਾਂ ਨਹੀਂ ਹਨ ਜਾਂ ਪੁਰਾਣੀਆਂ ਹਨ, ਪਰ ਇਹ ਖਾਸ ਤਬਕੇ ਦੀ ਸੁਰੱਖਿਆ ਵਾਸਤੇ ਲਾਏ ਗਏ ISF ਦੀ ਖਾਸ ਇਹਨਾਂ ਨੂੰ ਵਧਾਈਆ ਬੰਦੂਕਾਂ ਮਿਲ ਰਹੀਆਂ ਹਨ, ਵਧੀਆ ਬੰਦੂਕਾਂ ਮਿਲ ਰਹੀਆਂ ਹਨ। ਇਹ 1200 ਲੋਕ ਹਨ ਜਿਨ੍ਹਾਂ ਦੀ ਗਿਣਤੀ 2800 ਹੋਣ ਵਾਲੀ ਹੈ ਅਤੇ ਇਹ ਸਿਰਫ 78 ਲੋਕਾਂ ਨੂੰ ਸੁਰੱਖਿਆ ਦਿੰਦੇ ਹਨ। ਇਹਨਾਂ 78 ਲੋਕਾਂ ਵਿੱਚ ਕੇਂਦਰੀ ਮੰਤਰੀ, RSS ਦੇ ਆਗੂ ਅਤੇ ਕੁਝ ਵਿਧਾਇਕ ਤੇ ਮੁੱਖ ਮੰਤਰੀ ਆਦਿ ਸ਼ਾਮਿਲ ਹਨ। ਸੋ ਇਸ ਖਬਰ ਨੂੰ ਲੈ ਕੇ ਇਹ ਪੁਸ਼ਟੀ ਹੁੰਦੀ ਹੈ ਕਿ ਸਾਡੇ ਦੇਸ਼ ਦੀ ਜੋ ਜਨਤਾ ਆ ਉਹਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦਾ ਫਰਜ਼ ਬਣਦਾ ਆ। ਪਰ 663 ਬੰਦਿਆਂ ਵਿੱਚ 1 ਸਿਪਾਹੀ ਦਾ ਹੋਣਾ ਕਿਤੇ ਨਾ ਕਿਤੇ ਸੁਰੱਖਿਆ ਪ੍ਰਣਾਲੀ ਨੂੰ ਸਵਾਲੀਆ ਨਿਸ਼ਾਨ ਲਗਾਉਂਦਾ ਹੈ, ਸੁਰੱਖਿਆ ਪ੍ਰਣਾਲੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜੇ ਕਰਦਾ ਹੈ। ਸੋ ਅੱਗੇ ਰੋਕ ਕਰਦੇ ਹਾਂ ਜੀ ਪੇਜ ਰਾਸ਼ਟਰੀ ਵੱਲ, ਜਿੱਥੇ ਸਾਨੂੰ ਰਾਸ਼ਟਰੀ ਖਬਰਾਂ ਵੇਖਣ ਨੂੰ ਮਿਲਦੀਆਂ ਹਨ।
ਜਿੱਥੇ ਸਭ ਤੋਂ ਵੱਡੀ ਖਬਰ ਹੈ ਤੇਲ ਦੀ ਸਪਲਾਈ ਨੂੰ ਲੈ ਕੇ। ਉਹਨਾਂ ਦਾ ਕਹਿਣਾ ਹੈ ਕਿ ਤੇਲ ਦੀ ਸਪਲਾਈ ਤਾਂ ਨਹੀਂ ਘਟੇਗੀ, ਉਹਦੇ ਕੋਈ ਫਰਕ ਨਹੀਂ ਪਵੇਗਾ, ਪਰ ਤੇਲ ਦੀਆਂ ਕੀਮਤਾਂ ਫਿਰ ਵੀ ਵਧਣਗੀਆਂ। ਸੋ ਖਬਰ ਕੁਝ ਇਸ ਪ੍ਰਕਾਰ ਹੈ ਜੀ, ਇਰਾਨ ਤੇ ਅਗਲੇ ਮਹੀਨੇ ਲਾਗੂ ਹੋਣ ਵਾਲੀ ਅਮਰੀਕੀ ਪਾਬੰਦੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੇ ਕਿਹਾ ਹੈ ਕਿ ਤੇਲ ਦੀ ਉਪਲਬਧਤਾ ਕੋਈ ਵੱਡੀ ਸਮੱਸਿਆ ਨਹੀਂ ਹੈ, ਸਗੋਂ ਇੱਕ ਵੱਡੇ ਸਪਲਾਇਰ ਨੂੰ ਗਵਾ ਦੇਣ ਦੇ ਡਰ ਕਾਰਨ ਬਾਲਣ ਦੀਆਂ ਕੀਮਤਾਂ ਵਧੀਆਂ ਤੇ ਭਵਿੱਖ ਵਿੱਚ ਵੀ ਇਸਦਾ ਵਧਣ ਦਾ ਡਰ ਹੈ। ਸੋ ਉਹਨਾਂ ਦਾ ਕਹਿਣਾ ਹੈ ਕਿ ਤੇਲ ਦੀ ਸਪਲਾਈ ਦੀ ਜਿਹੜੀ ਗੱਲਬਾਤ ਕਰ ਰਹੇ ਸੀ ਉਹਦਾ ਕੋਈ ਡਰ ਨਹੀਂ ਹੈ, ਉਹ ਸਪਲਾਈ ਇਸ ਤਰ੍ਹਾਂ ਚੱਲਦੀ ਰਹੇਗੀ, ਪਰ ਕੀਮਤਾਂ ਹਜੇ ਵੀ ਵੱਧ ਸਕਦੀਆਂ ਨੇ, ਆਮ ਆਦਮੀ ਦੀ ਜੇਬ ਤੇ ਭਾਰ ਪੈ ਸਕਦਾ ਹੈ। ਸੋ ਅਗਲੀ ਗੱਲ ਕਰੀਏ ਜੀ, ਪੱਛਮ ਬੰਗਾਲ 'ਚ ਇੱਕ ਵੱਡਾ ਹਾਦਸਾ ਹੋਇਆ ਜਿਸ ਵਿੱਚ 6 ਵਿਅਕਤੀ ਮਾਰੇ ਗਏ ਨੇ। ਖਾਸਾ ਕੁਝ ਇਸ ਪ੍ਰਕਾਰ ਸੀ ਕਿ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਹਰੀਪਾਲ ਇਲਾਕੇ ਵਿੱਚ ਮੰਗਲਵਾਰ ਨੂੰ ਇੱਕ ਬੱਸ ਨਹਿਰ ਵਿੱਚ ਡਿੱਗ ਗਈ, ਜਿਸ ਦੇ ਨਾਲ ਘੱਟੋ ਘੱਟ 6 ਲੋਕਾਂ ਦੀ ਮੌਤ ਦੀ ਖਬਰ ਆ ਰਹੀ, ਤਕਰੀਬਨ 22 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਇਸ ਵੱਡੇ ਹਾਦਸੇ ਵਿੱਚ ਜਿੱਥੇ 6 ਲੋਕਾਂ ਦੀ ਮੌਤ ਹੋਈ ਹੈ ਉੱਥੇ ਹੀ 22 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਸੋ ਅਗਲੀ ਖਬਰ ਹੈ ਜੀ, ਰਾਜੀ ਦੀ ਰਾਹੁਲ ਗਾਂਧੀ ਦਾ ਵੱਡਾ ਬਿਆਨ ਆਇਆ, ਉਹਨਾਂ ਦਾ ਕਹਿਣਾ ਹੈ ਕਿ ਰਾਫੇਲ ਡੀਲ HAL ਨੂੰ ਦਿੱਤੀ ਸੀ ਪਰ ਕੇਂਦਰ ਸਰਕਾਰ ਨੇ ਬਦਲ ਲਈ ਹੈ। ਰਾਫੇਲ ਸੌਦਾ ਜਿਸ ਨੂੰ ਗੱਲ ਕਰਕੇ ਜਿਹੜੀ ਭਾਰਤ ਦੀ ਸੁਰੱਖਿਆ ਲਈ ਜਿਹੜਾ ਕੇਂਦਰ ਸਰਕਾਰ ਵੱਲੋਂ ਜਾਂ ਮੋਦੀ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਸੀ ਉਹ ਕਾਫੀ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਹੈ। ਤੋਂ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ਵਿੱਚ ਕਾਂਗਰਸ ਸੰਕਲਪ ਯਾਤਰਾ ਦੇ ਦੌਰਾਨ ਇੱਕ ਜਨ ਸਭਾ ਵਿੱਚ ਕੇਂਦਰ ਸਰਕਾਰ ਉੱਤੇ ਕਈ ਹਮਲੇ ਕੀਤੇ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਨੇ ਝੂਠੇ ਵਾਅਦੇ ਕੀਤੇ ਸਨ, ਉਹਨਾਂ ਨੇ 2 ਕਰੋੜ ਰੋਜ਼ਗਾਰ ਦੇਣ, 15 ਲੱਖ ਰੁਪਏ ਹਰ ਖਾਤੇ ਵਿੱਚ ਦੇਣ, ਕਿਸਾਨਾਂ ਨੂੰ ਸਹੀ MSP ਦੇਣ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਸੋ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਕੀਤੇ ਗਏ ਹਰੇਕ ਵਾਅਦੇ ਦੇ ਨਿਸ਼ਾਨੇ ਤੇ ਲਿਆ। ਉਹਨਾਂ ਕਹਿਣਾ ਹੈ ਕਿ ਮੋਦੀ ਸਰਕਾਰ ਆਪਣੇ ਵਾਅਦਿਆਂ ਤੋਂ ਭੱਜੀ ਹੈ, ਉਹਨਾਂ ਨੇ ਜਨਤਾ ਨਾਲ ਧੋਖਾ ਕੀਤਾ ਤੇ ਕਿਸੇ ਤਰ੍ਹਾਂ ਦਾ ਕੋਈ ਵਾਅਦਾ ਵੀ ਪੂਰਾ ਨਹੀਂ ਕੀਤਾ। ਸੋ ਅੱਗੇ ਰਾਹੁਲ ਨੇ ਕਿਹਾ ਕਿ HAL ਪਿਛਲੇ 70 ਸਾਲਾਂ ਤੋਂ ਏਅਰਕ੍ਰਾਫਟ ਬਣਾ ਰਹੀ ਹੈ ਤੇ UPA ਸਰਕਾਰ ਨੇ ਰਾਫੇਲ ਡੀਲ HAL ਨੂੰ ਦਿੱਤੀ ਸੀ ਪਰ ਕੇਂਦਰ ਸਰਕਾਰ ਨੇ ਡੀਲ ਨੂੰ ਬਦਲਤਾ ਅਤੇ ਡੀਲ ਅਨਿਲ ਅੰਬਾਨੀ ਨੂੰ ਦੇ ਦਿੱਤੀ। ਸੋ ਕਿਤੇ ਨਾ ਕਿਤੇ ਸਿੱਧਾ ਜਿਹੜਾ ਰਾਹੁਲ ਗਾਂਧੀ ਦਾ ਜਿਹੜਾ ਵਾਰ ਹੈ ਕੇਂਦਰ ਸਰਕਾਰ ਤੇ ਮੋਦੀ ਸਰਕਾਰ ਤੇ, ਉਹ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਇਹ ਡੀਲ ਸੌਂਪ ਦਿੱਤੀ ਸੀ ਤੇ ਭਾਰਤ ਦੀ ਸੁਰੱਖਿਆ ਨੂੰ ਖੋਰਾ ਲਗਾ ਦਿੱਤਾ, ਭਾਰਤ ਦੀ ਸੁਰੱਖਿਆ ਨੂੰ ਇਹ ਆਪਾਂ ਗੱਲ ਕਰ ਲਈਏ ਖਤਰੇ ਵਿੱਚ ਪਾ ਦਿੱਤਾ। ਸੋ ਦੋਸਤੋ, ਇਹ ਸਨ ਅੱਜ ਦੀਆਂ ਸੁਰੱਖੀਆਂ, ਅੱਜ ਦੀਆਂ ਮੇਨ ਖਬਰਾਂ। ਸੋ ਮੈਨੂੰ ਦਿਓ ਇਜਾਜ਼ਤ, ਕੱਲ੍ਹ ਮਿਲਾਂਗੇ ਨਵੀਆਂ ਸੁਰੱਖਿਆ ਨਾਲ, ਨਵੀਂ ਖਬਰਾਂ ਨਾਲ। ਉਹ ਤੱਕ ਜੁੜੇ ਰਹੋ ਸਪੋਕਸਮੈਨ ਟੀਵੀ ਨਾਲ। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ, ਪਰ 5:30 ਬੈਂਡ, 5:30 ਬੈਂਡ ਥੋੜੇ ਹੁੰਦੇ, ਚੱਲ ਚੱਲ 5:30 ਬੈਂਡ ਨਾਲ ਛੱਡੀ ਦੀ, ਚੱਲ ਚਲੋ ਆਸਟ੍ਰੇਲੀਆ। ਜਾਣਾ ਤਾਂ ਮੈਲਬੋਰਨ ਆ ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ, 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ, 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ, ਚੱਲ ਬੈਠ ਜਾ ਕੇ। ਆਸਟ੍ਰੇਲੀਆ ਆਸਟ੍ਰੇਲੀਆ ਮੈਲਬੋਰਨ ਜਾਣਾ ਜੀ ਪਰ 52% ਆਏ। ਉਹ 50 ਵੀ ਚੱਲਣਗੇ। ਚਲੋ 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 ਯਾਰ, ਢਿੱਲੇ ਕਿਉਂ ਬੈਠੇ ਹੋ? ਕਾਲਾ ਕਿਉਂ ਪਹਿਨਣਾ ਹੈ? ਉਹ ਕਾਲੇ ਤੋਂ ਪਹਿਲਾਂ ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ, SCO 73-74-75, Sector 17D, ਚੰਡੀਗੜ੍ਹ। ਕੰਟੈਕਟ 0181-5044-999।